ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਾਇੰਸ ਨਾਲ ਰਿਲੇਟਡ, ਮੈਡੀਕਲ ਇਸ਼ੂਜ਼ ਨਾਲ ਰਿਲੇਟਡ। ਇਸ ਵਿੱਚ ਕਿ ਮੇਰਾ ਸਾਥ ਦੇਣਗੇ ਮੋਹਨ ਸਿੰਘ ਡਟਰਾ, ਜਿਹੜੇ ਕਿ ਪ੍ਰੈਜ਼ੀਡੈਂਟ ਹਨ ਸਾਊਥ ਏਸ਼ੀਅਨ ਡਿਵੀਜ਼ਨ ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਦੀ ਬੀ ਸੀ ਅਤੇ ਯੂਕੋਨ ਬ੍ਰਾਂਚ ਦੇ। ਅੱਜ ਅਸੀਂ ਗੱਲਬਾਤ ਕਰਾਂਗੇ ਕੋਲੈਸਟ੍ਰੋਲ ਹੁੰਦਾ ਕੀ। ਅਸੀਂ ਬਹੁਤ ਵਾਰੀ ਸੁਣਦੇ ਹਾਂ ਕੋਲੈਸਟ੍ਰੋਲ ਜੋ ਹੈ ਜੇਕਰ ਖੂਨ 'ਚ ਵੱਧ ਜਾਂਦਾ ਹੈ ਤਾਂ ਉਸ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ। ਕੋਲੈਸਟ੍ਰੋਲ ਹੈ ਕੀ, ਇਹ ਕਹਿੰਦੇ ਨੇ ਚੰਗਾ ਕੋਲੈਸਟ੍ਰੋਲ ਵੀ ਹੁੰਦਾ ਹੈ, ਮਾੜਾ ਵੀ ਹੁੰਦਾ ਹੈ, ਇਹਨਾਂ 'ਤੇ ਆਓ ਇਸ ਬਾਰੇ ਜਾਣਕਾਰੀ ਲੈ ਕੇ ਗੱਲਬਾਤ ਕਰਦੇ ਹਾਂ ਮੋਹਨ ਸਿੰਘ ਡਟਰਾ ਜੀ ਨਾਲ। ਜੀ ਹਾਂ ਜੀ, ਵੈਲਕਮ ਟੂ ਦ ਧੰਨਵਾਦ। ਧੰਨਵਾਦ। ਸੋ ਕੋਲੈਸਟ੍ਰੋਲ ਦੀ ਜਦੋਂ ਗੱਲ ਕਰਨੀ ਜੀ, ਸਾਨੂੰ ਸੁਣਦੇ ਤਾਂ ਡਾਕਟਰ ਵੀ ਕਹਿ ਦਿੰਦਾ ਜੀ ਜਾਂ ਆਮ ਤੌਰ 'ਤੇ ਸੁਣ ਲੈਂਦੇ, ਅਸਲ ਵਿੱਚ ਕੋਲੈਸਟ੍ਰੋਲ ਹੈ ਕੀ ਹੈ ਜੀ? ਦੇਖੋ, ਕੋਲੈਸਟ੍ਰੋਲ ਇੱਕ ਵਾਈਟ ਵੈਕਸੀ ਕਾਈਂਡ ਸਟਫ ਹੈਗਾ ਹੈ। ਓਕੇ, ਜਿਹੜੀ ਸਾਡੀ ਨਾੜੀ 'ਚ ਹੈਗਾ ਜੀ। ਅੱਛਾ, ਜੇ ਇਹ ਨਾ ਹੋਵੇ ਸਾਡਾ ਖੂਨ ਜਿਹੜਾ ਉਹ ਨਾੜੀ 'ਚ ਤੁਰ ਨਹੀਂ ਸਕਦਾ। ਓਕੇ, ਸੋ ਇਟਸ ਐਜ਼ ਅ ਲੂਬਰੀਕੈਂਟ ਕੰਮ, ਐਜ਼ ਅ ਲੂਬਰੀਕੈਂਟ ਕੰਮ ਕਰਦਾ। ਇਹ ਸਾਡੀ ਜਿਹੜੀ ਨਾੜੀਆਂ ਹੈਗੀਆਂ ਨਾ, ਉਹਦੀ ਜਿਹੜੀ ਵਾਲ ਹੈਗੀ, ਉਹਦੀ ਸਰਫੇਸ ਕਹਿ ਲਓ, ਤਹਿ ਕਰ ਲਓ, ਉਹਦੇ ਨੂੰ ਇਹ ਸਲਿਪਰੀ ਬਣਾਉਂਦਾ। ਠੀਕ ਹੈ, ਤਾਂ ਕਿ ਖੂਨ ਦਾ ਜਿਹੜਾ ਹੈਗਾ ਫਲੋ, ਜਿਹੜਾ ਫਲੋ ਉਹ ਈਜ਼ੀ ਹੋ ਸਕੇ, ਆਰਾਮ ਨਾਲ ਜਾ ਸਕੇ ਜੀ। ਇਹਦੇ ਬਗੈਰ ਉਹ ਚੱਲ ਨਹੀਂ ਸਕਦਾ। ਅੱਛਾ, ਇਹ ਜਿਹੜਾ ਹੈਗਾ 60% 80% ਦੀ ਬੋਡੀ ਲਿਵਰ ਬਣਾਉਂਦਾ ਹੈ। ਅੱਛਾ, ਕਿਉਂਕਿ ਇਹ ਨਾੜੀਆਂ ਨੂੰ ਸਿਰ ਚ ਜਿਹੜਾ ਹੈਗਾ ਆ ਕੰਮ ਕਰਦੇ ਰੱਖਣ ਲਈ ਜੀ। 20% ਸਾਡੀ ਫੂਡ 'ਚ ਆਉਂਦਾ। ਅੱਛਾ ਜੀ, ਸੋ ਜਿਹੜੇ 20% ਜਿਹੜਾ ਸਾਡਾ, ਇਹ ਸਾਨੂੰ ਜ਼ਿਆਦਾ ਖਰਾਬ ਕਰਦਾ ਹੈ। ਓਕੇ, ਕਿਉਂਕਿ ਉਹ ਤਾਂ ਨੈਚੁਰਲ ਹੈਗਾ, ਤਾਂ ਉਹ ਬਣਨਾ ਹੀ ਬਣਨਾ ਤੁਹਾਡੀ ਬੋਡੀ ਨੂੰ, ਉਹਨਾਂ ਨੂੰ ਉਹਨਾਂ ਚਾਹੀਦਾ, ਉਹਦੀ ਲੋੜ ਹੈਗੀ ਆ ਟੂ ਗੈਟ ਆਲ ਦਾ, ਜਿਹੜੀ ਨਾੜੀਆਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ। ਅਤੇ ਜਿਹਨੂੰ ਹੁਣ ਨਾੜੀਆਂ 'ਚ ਖੂਨ ਨਹੀਂ ਤੁਰੇਗਾ ਜੀ। ਅੱਛਾ, ਦੂਜਾ ਇਹ ਹੈਗਾ ਗ੍ਰੀਸੀ ਸਟੱਫ, ਇਹ ਆਇਲ ਬੇਸਡ ਹੈਗਾ। ਜਿਹੜਾ ਤੁਹਾਡਾ ਖੂਨ ਆ ਵਾਟਰ ਬੇਸ ਆ, ਠੀਕ ਹੈ, ਇਹ ਮਿਕਸ ਨਹੀਂ ਹੁੰਦਾ। ਓਕੇ, ਅੱਛਾ, ਹੁਣ ਕੋਲੈਸਟ੍ਰੋਲ ਜਿਹਨੇ ਗ੍ਰੀਸੀ ਫੂਡ ਜਾਂ ਖਾਵਾਂਗੇ ਉਹਨਾਂ ਦਾ ਕੋਲੈਸਟ੍ਰੋਲ ਡਾਟ ਕਹਿੰਦੇ, ਤੁਹਾਡਾ ਕੋਲੈਸਟ੍ਰੋਲ ਹਾਈ ਹੋ ਗਿਆ ਜੀ। ਜਦੋਂ ਕੋਲੈਸਟ੍ਰੋਲ ਡਾਟ ਕਹਿੰਦੇ ਕੋਲੈਸਟ੍ਰੋਲ ਹਾਈ ਹੋ ਗਿਆ, ਉਹ ਬੈਡ ਕੋਲੈਸਟ੍ਰੋਲ ਦੀ ਗੱਲ ਕਰਦੇ ਆ, LDL ਦੀ ਗੱਲ ਕਰਦੇ ਆ। LDL ਕੀ ਆ? ਲੋ ਡੈਂਸਿਟੀ ਲਿਪਿਡ ਪ੍ਰੋਟੀਨ, ਉਹਦੀ ਗੱਲ ਕਰਦੇ ਜੋ ਕਹਿੰਦੇ ਤੁਹਾਡਾ ਕੋਲੈਸਟ੍ਰੋਲ ਹਾਈ ਆ ਜੀ। ਇਹ ਜਿਹੜਾ ਹੈਗਾ ਕੋਲੈਸਟ੍ਰੋਲ, ਜਿਹੜਾ 3-3.5 ਤੋਂ ਥੱਲੇ ਚਾਹੀਦਾ ਆ, 2 ਤੋਂ ਹੋਵੇ ਤਾਂ ਐਕਸਲੈਂਟ ਆ, ਥੱਲੇ 2.5 ਦੇ ਉੱਤੇ ਵੱਧ ਹੋਣਾ ਤਾਂ ਤੁਸੀਂ ਡੇਂਜਰਸ ਜ਼ੋਨ ਜਾ ਰਹੇ ਆ ਤੁਸੀਂ। ਸੋ ਇਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ। ਠੀਕ ਹੈ, ਜਿੰਨਾ ਤੁਸੀਂ ਗ੍ਰੀਸੀ ਫੂਡ ਖਾਓਗੇ, ਤਲੀਆਂ ਚੀਜ਼ਾਂ ਖਾਓਗੇ, ਸ਼ੋਰਟਿੰਗ, ਮਾਰਜਨਿਨ, ਯੂ ਨੋ, ਸੈਚੂਰੇਟ ਫੈਟ ਜੀ, ਉਹਨਾਂ ਤੁਹਾਡਾ ਕੋਲੈਸਟ੍ਰੋਲ ਇਹ ਵਧੇਗਾ। ਓਕੇ, ਅਤੇ ਜਿੰਨਾ ਤੁਸੀਂ ਫਾਈਬਰਾ ਫੂਡ ਖਾਓਗੇ, ਹੋਲ ਵੀਟ ਸਟੱਫ, ਉਹਦੇ ਨਾਲ ਹੈਗਾ ਕਿ ਉਹ ਜਿਹੜਾ ਹੈਗਾ ਆ ਇਹਨੂੰ ਘਟਾਏਗਾ ਜੀ ਕੋਲੈਸਟ੍ਰੋਲ। ਜਿਹੜਾ ਕੋਲੈਸਟ੍ਰੋਲ ਹੈ ਸਾਡਾ ਲਿਵਰ ਪ੍ਰੋਡਿਊਸ ਕਰਦਾ ਹੈ, ਇਹ ਗੋਜ਼ ਟੂ ਐਵਰੀ ਸੈੱਲ ਆਫ ਦਾ ਬੋਡੀ, ਸਾਰੇ ਹਰ ਸੈੱਲ ਨੂੰ ਇਹ ਜਾਂਦਾ ਹੈ ਉਹਨੂੰ ਕੰਮ ਕਰਦੇ ਰਹਿਣ ਲਈ। ਅੱਛਾ, ਦੂਜਾ ਕੋਲੈਸਟ੍ਰੋਲ ਹੁੰਦਾ ਆ ਗੁੱਡ ਕੋਲੈਸਟ੍ਰੋਲ ਜੀ, HDL ਜਿਹਨੂੰ ਕਹਿੰਦੇ ਆ, ਜਦੋਂ ਡਾਟ ਕਹਿੰਦੇ ਆ ਵੀ ਤੁਹਾਡਾ ਕੋਲੈਸਟ੍ਰੋਲ ਵਧਿਆ, ਉਹ LDL ਦੀ ਗੱਲ ਕਰਦੇ, HDL ਦੀ ਗੱਲ ਨਹੀਂ ਕਰਦੇ। HDL ਹੈ ਗੁੱਡ ਕੋਲੈਸਟ੍ਰੋਲ, ਹਾਈ ਡੈਂਸਿਟੀ ਲਿਪਿਡ ਪ੍ਰੋਟੀਨ। ਜੇ ਹਾਈ ਡੈਂਸਿਟੀ ਉਹ ਗੁੱਡ ਆ, ਜਾਂ ਲੋ ਡੈਂਸਿਟੀ ਉਹ ਬੈਡ ਆ ਜੀ। ਜਿਹੜਾ ਹਾਈ ਡੈਂਸਿਟੀ ਲਿਪਿਡ ਪ੍ਰੋਟੀਨ ਹੈਗਾ, ਉਹ ਬੈਡ ਕੋਲੈਸਟ੍ਰੋਲ ਸਾਡੇ ਸੈੱਲ 'ਚੋਂ ਲਿਆ ਕੇ ਬਾਅਦ ਲਿਵਰ ਨੂੰ ਮੁੜ ਕੇ ਲਿਆਉਂਦਾ, ਉਹ ਤਾਂ ਰੀ ਪ੍ਰੋਸੈਸ ਕਰੇ, ਉਹਦੇ ਉਲਟ ਕਰਦਾ ਹੈ। ਇਹ ਬੰਦਿਆਂ ਦੇ ਵਿੱਚ 1.0 ਮਿਲੀ ਲੀਟਰ ਹੈਗਾ ਆ ਬੰਦਿਆਂ 'ਚ, ਜਨਾਨੀਆਂ 'ਚ 1.2 ਹੁੰਦਾ। ਓਕੇ, ਮਿਨੀਮਮ, ਇਹ ਤੋਂ ਘੱਟ ਨਹੀਂ ਹੋਣਾ ਚਾਹੀਦਾ, ਇਹ ਤੋਂ ਘੱਟ ਹੈ ਪ੍ਰੋਬਲਮ। ਇਹ ਮੈਕਸੀਮਮ ਜਿਹੜਾ ਹੈਗਾ 1.5 ਚਾਹੀਦਾ। ਠੀਕ ਹੈ ਜੀ, ਇਹਦੇ ਇਸ ਦਰਮਿਆਨ ਜੇ ਥੋੜ੍ਹਾ ਚੱਲਦਾ ਤਾਂ ਕੋਲੈਸਟ੍ਰੋਲ ਤੁਹਾਡਾ ਉਹ ਜਿਹੜਾ ਹੈਗਾ ਇਹ ਵੱਧ ਹੋਵੇ, ਦੂਜਾ ਘੱਟ ਜਾਂਦਾ। ਜਿੰਨੇ ਫਾਈਬਰ ਫੂਡ ਹੈਗਾ ਉਹਨੂੰ ਘਟਾਉਂਦਾ ਦੂਜੇ ਨੂੰ ਬੈਡ ਕੋਲੈਸਟ੍ਰੋਲ। ਓਕੇ, ਜਿੰਨੇ ਬਦਾਮ ਵਗੈਰਾ ਹੈਗੇ ਆ, ਬਦਾਮ ਖਾ ਲਓ, ਜਿੰਨੇ ਨਟਸ ਹੈਗੇ ਆ, ਇਟਸ ਗੁੱਡ ਫਾਰ ਯੂ। ਉਹ ਜਿਹੜਾ ਹੈ HDL ਨੂੰ ਵਧਾਉਂਦਾ, ਜਿਹੜਾ ਗੁੱਡ ਕੋਲੈਸਟ੍ਰੋਲ ਉਹਨੂੰ ਵਧਾਉਂਦਾ ਹੈ। ਠੀਕ ਹੈ, ਉਹਨੂੰ ਵਧਾਉਣਾ ਜ਼ਰੂਰੀ ਹੈ। ਲੇਕਿਨ ਇਹ ਨਹੀਂ ਤੁਸੀਂ ਬਦਾਮ ਜਾ ਕੇ ਬਹੁਤੇ ਖਾ ਲਓ, ਬਦਾਮ 'ਤੇ ਕਹਿੰਦੇ ਬਦਾਮ ਖਾ ਲਓ, ਬਦਾਮ ਨਟਸ ਜਿੰਨੇ ਹੈਗੇ ਆ, ਕਾਸ਼ੂ ਨਟ, ਜਿਹਨਾਂ ਬਾਕੀ ਸੋਇਆਬੀਨ ਸਟਾਫ, ਹੈਂਡਫੁੱਲ ਰੋਜ਼ ਖਾ ਸਕਦੇ ਤੁਸੀਂ, ਇਟਸ ਗੁੱਡ ਫਾਰ ਯੂ। ਰਾਈਟ, ਜਿਹੜਾ ਅਖਰੋਟ ਹੈਗਾ ਆ, ਇਸ ਬ੍ਰੇਨ ਫੂਡ ਦੈਟ ਵੀ ਕਾਲ ਇਟ ਜੀ, ਉਹਦਾ ਕਾਰਨ ਹੈ ਕਿ ਇਹ ਤੁਹਾਡੀ ਮੈਮੋਰੀ 'ਚ ਹੈਲਪ ਕਰਦਾ ਹੈ। ਠੀਕ ਹੈ, ਜੋ ਕੋਲੈਸਟ੍ਰੋਲ ਹਾਈ ਹੁੰਦਾ ਆ, ਇੱਕ ਤੁਹਾਡੀ ਜਿਹੜੀ ਨਾੜੀਆਂ ਬੰਦ ਹੁੰਦੀਆਂ ਉਹਦੇ ਨਾਲ, ਇਹਦਾ ਮਤਲਬ ਤੁਹਾਡੇ ਜਿਹੜੇ ਬ੍ਰੇਨ ਦੇ ਸੈੱਲ ਹੈਗੇ ਉਹ ਵੀਕ ਹੁੰਦੇ ਨੇ ਜੀ। ਤੁਹਾਨੂੰ ਜਿਹੜਾ ਹੈ ਡਮੈਂਸ਼ੀਆ ਵਗੈਰਾ, ਜਿਹਨਾਂ ਕੋਲੈਸਟ੍ਰੋਲ ਹਾਈ ਹੋਏਗਾ, ਬੈਡ ਕੋਲੈਸਟ੍ਰੋਲ ਹਾਈ ਹੋਏਗਾ, ਹੁਣ ਡਮੈਂਸ਼ੀਆ ਹੋਣ ਦੇ ਚਾਂਸ ਜ਼ਿਆਦਾ ਆ। ਠੀਕ ਹੈ, ਸੋ ਇਹਨਾਂ ਚੀਜ਼ਾਂ ਵਾਚ ਕਰਨ ਦੀ ਲੋੜ ਹੈਗੀ ਆ। ਹੁਣ ਜੇ ਘਟਾ ਕੇ ਦੱਸ ਸਕਦੇ ਹਾਂ ਜੀ ਕਿਹੜੀਆਂ ਫੂਡ ਹੈਗੀਆਂ ਸਾਨੂੰ ਇਹਨੂੰ ਘਟਾਈ ਅਸੀਂ। ਪਹਿਲੀ ਗੱਲ ਤਾਂ ਹਰੇਕ ਐਕਸਰਸਾਈਜ਼ ਹਰੇਕ ਲਈ ਜ਼ਰੂਰੀ ਆ। ਰਾਈਟ, ਠੀਕ ਹੈ। ਨੰਬਰ 2 ਜਿਹੜੇ ਹੈ ਗ੍ਰੀਸੀ ਫੂਡ ਸਾਨੂੰ ਘਟਾਉਣੀ ਪੈ ਗਈ ਜੀ। ਜਿੱਦਾਂ ਮੈਂ ਦੱਸਿਆ ਵੀ ਪਹਿਲੀ ਆਪਣੇ ਪ੍ਰੋਗਰਾਮ ਦੱਸਿਆ ਹੈਗਾ ਵੀ ਜਿਹੜਾ ਹੈਗਾ ਸ਼ਾਹੀ ਪਨੀਰ, ਬਟਰ ਪਨੀਰ, ਇਹੋ ਚੀਜ਼ਾਂ ਉਹਨੂੰ ਘਟਾਉਣ ਦੀ ਜ਼ਰੂਰਤ ਹੈਗੀ ਆ ਜੀ।
ਇਹ ਚੀਜ਼ ਯੂ ਹੈਵ ਲਿਵ ਲਿਵ ਲਿਟਲ ਟੂ ਰਾਈਟ 24 ਘੰਟੇ ਹਰ ਵਾਰੀ ਇਹਨੂੰ ਖਾਣ ਦੀ ਲੋੜ ਨਹੀਂ ਵੰਸ ਇਨ ਵਾਰ ਤੁਸੀਂ ਠੀਕ ਖਾ ਸਕਦੇ ਹੋ ਨੰਬਰ 2 ਜਿਹੜੀ ਚੀਜ਼ ਸਵਾਦ ਲੱਗੀ ਆ ਮੈਂ ਕਹਿੰਦਾ ਅੱਜ ਜ਼ਿਆਦਾ ਖਾ ਲਵਾਂ ਕੱਲ੍ਹ ਨੂੰ ਨਾ ਖਾਊਂਗਾ ਜਾਂ ਗ੍ਰੀਸੀ ਉਹ ਜ਼ਿਆਦਾ ਸਵਾਦ ਲੱਗੇਗੀ ਬਿਲਕੁਲ ਜਿਹਨਾਂ ਮਿੱਠਾ ਉਹ ਜ਼ਿਆਦਾ ਸਵਾਦ ਮਿੱਠੀ ਚੀਜ਼ ਉਹ ਜ਼ਿਆਦਾ ਸਵਾਦ ਲੱਗੇਗੀ ਲੇਕਿਨ ਇਹ ਜ਼ਿਆਦਾ ਖਾਣ ਦੇ ਨਾਲ ਤੁਹਾਡੀ ਸਿਹਤ ਜ਼ਿਆਦਾ ਇਫੈਕਟ ਪਏਗਾ ਤੁਸੀਂ ਕਹਾਂ ਮੈਂ ਕੱਲ੍ਹ ਨੂੰ ਖਾ ਲਵਾਂਗਾ ਅੱਜ ਖਾ ਲੈਣਾ ਕੱਲ੍ਹ ਨੂੰ ਬੰਦ ਕਰ ਲਊਂਗਾ ਇਹ ਕੱਲ੍ਹ ਕਦੇ ਨਹੀਂ ਆਉਣਾ ਇਫ ਯੂ ਵਾਂਟ ਟੂ ਡੂ ਇਟ ਨਾਓ ਰਾਈਟ ਜੇ ਹੁਣ ਕਹਿੰਦੇ ਮਿਰਚ ਕਿਉਂਕਿ ਪਈ ਆ ਤਾਂ ਮੈਨੂੰ ਪਤਾ ਮੇਰਾ ਕਲਸਟਰ ਆਪ ਹੈਗਾ ਅਤੇ ਮੈਨੂੰ ਪਕੌੜੇ ਜ਼ਿਆਦਾ ਤਲੇ ਨਹੀਂ ਖਾਣੇ ਚਾਹੀਦੇ ਤਾਂ ਮੈਂ ਤੁਸੀਂ ਲੈ ਲਓ ਪੰਜ ਚਾਰ ਕੋਈ ਗੱਲ ਨਹੀਂ ਲੇਕਿਨ ਇਹ ਨਹੀਂ ਕਹਾਂ ਮੈਂ ਹੁਣ ਪਲੇਟ ਭਰ ਕੇ ਪਲੇਟ ਪਕੌੜੇ ਖਾ ਲਵਾਂ ਅੱਜ ਮਿਲ ਗਿਆ ਫਿਰ ਕੱਲ੍ਹ ਮਿਲਣ ਕੇ ਨਾ ਮਿਲ ਕੱਲ੍ਹ ਨੂੰ ਨਾ ਖਾਊਂਗਾ ਅਤੇ ਭਾਈ ਜੇ ਤੁਸੀਂ ਅੱਜ ਨਹੀਂ ਰੋਕ ਸਕਦੇ ਕੱਲ੍ਹ ਵੀ ਨਹੀਂ ਰੋਕ ਸਕਣਾ ਤੁਸੀਂ ਠੀਕ ਆਈਡੀਆ ਦਿਸ ਦਾ ਆਈਡੀਆ ਰਾਈਟ ਤੁਸੀਂ ਹੁਣ ਚਾਰ ਪੰਜ ਖਾ ਲਓ ਦੈਟਸ ਇਟ ਮੈਂ ਬਾਕੀ ਨਹੀਂ ਖਾਣੀ ਕਿ ਮੇਰਾ ਕਲਸਟਰ ਅੱਗੇ ਹਾਈ ਹੈ ਲੇਕਿਨ ਮੇਕ ਸ਼ੋਰ ਯੂ ਟੇਕ ਫਾਈਬਰ ਸਟੱਫ ਵਿਦ ਦੈਟ ਵਨ ਰਾਈਟ ਅਗੇਨ ਉਹੀ ਗੱਲ ਆ ਗਈ ਕਿ ਮੋਹਨ ਸਿੰਘ ਜੀ ਅੱਜ ਦਾ ਖਾਣ ਪੀਣ ਜੋ ਹੈਗਾ ਬਿਲਕੁਲ ਚੇਂਜ ਹੋ ਚੁੱਕਿਆ ਹੈਗਾ ਕੋਈ ਫੰਕਸ਼ਨ ਜਾਓ ਜਾਂ ਈਵਨ ਘਰਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਹਰ ਇੱਕ ਚੀਜ਼ ਦੇ ਵਿੱਚ ਅਸੀਂ ਮੱਖਣ ਘਿਓ ਜਾਂ ਹੋਰ ਤਲੀਆਂ ਚੀਜ਼ਾਂ ਜਿਹੜੀਆਂ ਸਾਡੇ ਇੱਕ ਬਹੁਤ ਅਹਿਮ ਅੰਗ ਬਣ ਚੁੱਕੀਆਂ ਨੇ ਸਾਡੇ ਜੀਵਨ ਦਾ ਬਿਲਕੁਲ ਹੁਣ ਬਿਲਕੁਲ ਤਾਂ ਛੱਡਿਆ ਜਾ ਨਹੀਂ ਸਕਦਾ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਛੱਡਣ ਦੀ ਲੋੜ ਨਹੀਂ ਰਾਈਟ ਨਹੀਂ ਸਵਾਲ ਇਹ ਇੱਕ ਕੁਆਂਟਿਟੀ ਦੀ ਗੱਲ ਆ ਹੁਣ ਜਿਹਦਾ ਫਿਰ ਸ਼ੂਗਰ ਹੈਗੀ ਆ ਤੁਹਾਨੂੰ ਦਿਨ ਦੇ ਵਿੱਚ 9 ਟੀਸਪੂਨ ਚਾਹੀਦੇ ਆ ਠੀਕ ਹੈ ਵਿੱਚ 40-50 ਗ੍ਰਾਮ ਇਹ ਤੋਂ ਵੱਧ ਨਹੀਂ ਚਾਹੀਦੀ ਜੇ ਤੁਸੀਂ ਕਹੋ ਮੈਂ ਚਾਹ ਵਿੱਚ ਸ਼ੂਗਰ 2-4 ਚਮਚੇ ਪਾ ਕੇ ਪੀ ਲਵਾਂ ਤਾਂ ਮੈਂ ਕੇਕ ਵੀ ਉਧਰ ਖਾ ਲਵਾਂ ਰਾਈਟ ਅਤੇ ਸ਼ਾਮ ਨੂੰ ਖੀਰ ਵੀ ਖਾ ਲਵਾਂ ਨਾ ਜਲੇਬੀਆਂ ਵੀ ਖਾ ਲਵਾਂ ਉਹ ਜ਼ਿਆਦਾ ਹੋ ਜਾਂਦੀ ਆ ਸੇਮ ਇਸੇ ਤਰ੍ਹਾਂ ਤੁਹਾਨੂੰ ਜਿਹੜਾ ਹੈਗਾ ਆ ਜਿਹੜਾ ਹੈਗਾ ਸੈਚੂਰੇਟ ਫੈਟ ਜੀ ਉਹ ਤੁਹਾਨੂੰ ਇੰਨਾ ਚਾਹੀਦਾ ਹੈ ਜਾਂ ਬਟਰ ਜਿਹੜਾ ਹੈਗਾ ਇੰਨਾ ਇਹ ਬਟਰ ਕਿਹਾ ਮੈਂ ਠੀਕ ਇਹ ਨਹੀਂ ਕਿਹਾ ਦੇਖੋ ਇੱਕ ਟੀਸਪੂਨ ਬਟਰ ਦਾ ਤੁਸੀਂ ਲੈ ਸਕਦੇ ਹੋ ਰੋਜ਼ ਦਾ ਗੁੱਡ ਫਾਰ ਯੂਅਰ ਜੁਆਇੰਟਸ ਰਾਈਟ ਮੈਂ ਇੱਕ ਹੁਣ ਤੁਸੀਂ ਕਹੋ ਵੀ ਮੋਹਨ ਸਿੰਘ ਕਹਿ ਗਿਆ ਸੀ ਵੀ ਇੱਕ ਜਿਹੜਾ ਹੈਗਾ ਇੱਕ ਘੇ ਦਾ ਚਮਚਾ ਘੇ ਨਹੀਂ ਕਿਹਾ ਇੱਕ ਬਟਰ ਕਿਹਾ ਕਿ ਉਹ ਘੇ ਹੈਗਾ ਉਹ ਕੰਸਨਟਰੇਟ ਹੁਣ ਇਹ ਇਹ ਵੀ ਪ੍ਰੋਬਲਮ ਇਹ ਆ ਰਹੀ ਕਿ ਹੁਣ ਰਿਸਰਚ ਜਿਹੜੀ ਹੋ ਰਹੀ ਹੈ ਕਈ ਡਾਕਟਰਸ ਇਹ ਕਹਿੰਦੇ ਨੇ ਜੀ ਕਿ ਦੇਸੀ ਘਿਓ ਵਰਗੀ ਕੋਈ ਚੀਜ਼ ਨਹੀਂ ਇਟਸ ਦ ਬੈਸਟ ਨਹੀਂ ਦੇਖੋ ਈਟ ਐਵਰੀਥਿੰਗ ਇਨ ਮੋਡਰੇਸ਼ਨ ਇਨ ਮੋਡਰੇਸ਼ਨ ਯਾ ਦੈਟਸ ਵਾਟ ਇਟ ਇਜ਼ ਐਬਸੋਲੂਟਲੀ ਨਾ ਹੁਣ ਡਾਕਟਰ ਨੇ ਘੇ ਕਹਿੰਦਾ ਚੰਗਾ ਆ ਇਹਦਾ ਮਤਲਬ ਤੁਸੀਂ ਕੜਛੀ ਘੇ ਦੀ ਰੋਜ਼ ਖਾ ਲਓ ਠੀਕ ਦੈਟ ਕੌਨ ਕਾਜ਼ ਦੀ ਪ੍ਰੋਬਲਮ ਰਾਈਟ ਉਹਦੀ ਲਿਮਿਟ ਹੋਣੀ ਚਾਹੀਦੀ ਕਿੰਨਾ ਖਾਣਾ ਚਾਹੀਦਾ ਦਿਸ ਇਜ਼ ਦ ਮੇਨ ਥਿੰਗ ਐਬਸੋਲੂਟਲੀ ਇਫ ਯੂ ਹੈਵ ਕੰਸੈਂਟਰੇਟ ਬਈ ਮੈਨੂੰ ਇਹ ਕਿੰਨਾ ਰੋਜ਼ ਦਾ ਖਾਣਾ ਚਾਹੀਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਰਾਈਟ ਦੈਨ ਯੂ ਕੈਨ ਲਿਵ ਅ ਬੈਟਰ ਲਾਈਫ ਤੁਸੀਂ ਇਹ ਅੰਗਾਂ ਦਾ ਖਿਆਲ ਰੱਖੋ ਤਾਂ ਤੁਹਾਡਾ ਖਿਆਲ ਸਾਰੀ ਉਮਰ ਤੱਕ ਰੱਖ ਸਕਦੇ ਆ 100 ਸਾਲ ਤੱਕ ਰੱਖ ਸਕਦੇ ਆ ਰਾਈਟ ਵੀ ਹੈਡ ਵਾਚ ਦੀਸ ਥਿੰਗਸ ਐਬਸੋਲੂਟਲੀ ਵੀ ਹੈਡ ਡਰਾ ਲਾਈਨ ਦੇਅਰ ਸਮਵੇਅਰ ਬਿਲਕੁਲ ਜੀ ਆਪਣੇ ਲਾਈਫ ਸਟਾਈਲ ਵਿੱਚ ਬੈਲੈਂਸ ਲੈਣਾ ਹਰ ਇੱਕ ਚੀਜ਼ ਖਾਣੀ ਲੇਕਿਨ ਮੋਡਰੇਸ਼ਨ ਦੇ ਵਿੱਚ ਜਿਹੜਾ ਤੁਸੀਂ ਕਿਹਾ ਉਹ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਹੈ ਅਸੀਂ ਕਈ ਵਾਰੀ ਮੋਡਰੇਸ਼ਨ ਭੁੱਲ ਜਾਂਦੇ ਹਾਂ ਸਵਾਦ ਸਵਾਦ 'ਚ ਚੱਖੀ ਜਾਂਦੇ ਅਤੇ ਬਾਅਦ ਦੇ ਵਿੱਚ ਫਿਰ ਸਮੱਸਿਆਵਾਂ ਆ ਜਾਂਦੀਆਂ ਨੇ ਹਾਂਜੀ ਸੋ ਕੋਲੈਸਟ੍ਰੋਲ ਹੀ ਜਿਹੜਾ ਹੈਗਾ ਉਹ ਮਾੜਾ ਕੋਲੈਸਟ੍ਰੋਲ ਜਿਉਂ ਜਿਉਂ ਵੱਧਦਾ ਉਹਦੇ ਨਾਲ ਫਿਰ ਹਾਰਟ ਅਟੈਕਸ ਵੀ ਹੁੰਦੇ ਨੇ ਹੋਰ ਸਰੀਰ ਨੂੰ ਹੋਰ ਬਹੁਤ ਸਾਰੀਆਂ ਸਟ੍ਰੋਕ ਵੀ ਹੋਣਾ ਹੁੰਦਾ ਸਟ੍ਰੋਕ ਵਗੈਰਾ ਵੀ ਸਟ੍ਰੋਕ ਵੀ ਹੁੰਦਾ ਰਾਈਟ ਕਿਉਂ ਨਾੜੀਆਂ ਇੱਥੇ ਬੰਦੇ ਇੱਥੇ ਬੰਦ ਨਾੜੀਆਂ ਵੀ ਹੋ ਸਕਦੀਆਂ ਐਬਸੋਲੂਟਲੀ ਕਿ ਜੇ ਸਟ੍ਰੋਕ ਹੋ ਗਿਆ ਤਾਂ ਸਾਰੇ ਨੂੰ ਪੈਰਲਾਈਜ਼ ਹੋ ਜਾਓਗੇ ਬਿਲਕੁਲ ਰਾਈਟ ਸੋ ਇਹ ਨੂੰ ਸਵਾਚ ਕਰਨ ਦੀ ਜ਼ਰੂਰਤ ਹੈਗੀ ਹੈ ਠੀਕ ਧੰਨਵਾਦ ਜੀ ਤੁਹਾਡਾ ਇੱਥੇ ਆ ਕੇ ਤੁਸੀਂ ਸਾਡੇ ਨਾਲ ਸਾਂਝ ਪਾਈ ਹੈਗੀ ਅਤੇ ਦੱਸਿਆ ਹੈ ਸਾਨੂੰ ਅੱਜ ਕਿ ਕਿਹੜੀਆਂ ਚੀਜ਼ਾਂ ਸਾਡੇ ਵਾਸਤੇ ਜਿਸ ਕੋਲੈਸਟ੍ਰੋਲ ਦਾ ਜਿਹੜਾ ਆਮ ਤੌਰ 'ਤੇ ਅਸੀਂ ਗੱਲ ਕਰਦੇ ਹਾਂ LDL ਜਾਂ HDL ਜਿਹੜਾ ਹੈਗਾ ਕਿਹੜਾ ਮਾੜਾ ਅਤੇ ਕਿਹੜਾ ਚੰਗਾ ਹੈ ਸੋ ਆਸ ਕਰਦੇ ਹਾਂ ਕਿ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਜ਼ਰੂਰ ਇਹ ਅਸੀਂ ਵਾਰ ਵਾਰ ਉਹਨਾਂ ਨੂੰ ਯਾਦ ਇਹੀ ਕਰਵਾਉਂਦੇ ਹਾਂ ਕਿ ਆਪਣੀ ਸਿਹਤ ਦਾ ਖਿਆਲ ਰੱਖੋ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ ਪਹਿਲਾਂ ਹੀ ਬਚ ਜਾਈਏ ਬਾਅਦ ਵਿੱਚ ਕਿਉਂ ਸਮੱਸਿਆ ਬਿਲਕੁਲ ਠੀਕ ਗੱਲ ਧੰਨਵਾਦ ਤੁਹਾਡਾ